ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ, ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਬੜਾ ਇੰਟਰਸਟਿੰਗ ਟੌਪਿਕ ਫਾਈਬਰੋਮਾਇਲਜੀਆ, ਜਿਹੜਾ ਕਿ ਆਪਣੇ ਦਰਦ ਹੁੰਦਾ ਰਹਿੰਦਾ ਹੈ ਬਾਡੀ ਦੇ ਵਿੱਚ, ਗਰਦਨ ਤੇ, ਆਪਣੇ ਹਿਪ ਜੁਆਇੰਟਸ ਤੇ, ਕੂਹਣੀਆਂ ਤੇ ਗੋਡਿਆਂ ਤੇ ਐਡਾ ਜ਼ਿਆਦਾ ਦਰਦ ਹੁੰਦਾ ਜਿਵੇਂ ਕਿਸੇ ਨੇ ਚੁੰਡੀ ਵੱਢੀ ਹੋਵੇ। ਸੋ ਇਸ ਦੇ ਵਿੱਚ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਆਪਾਂ ਸਿੰਪਲ ਬੈੱਡ ਤੇ ਲੇਟ ਕੇ, ਇਸ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ। ਅਗਰ ਤੁਸੀਂ ਆਪਾਂ ਨੂੰ ਨਹੀਂ ਜਾਣਦੇ, ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਂ, ਪਿਛਲੇ 10 ਸਾਲ ਤੋਂ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਾਂ ਆਪਣੀ ਕਲੀਨਿਕ ਰਨ ਕਰ ਰਹੇ ਹਾਂ, ਜਿੱਥੇ ਅਸੀਂ ਰੋਜ਼ਾਨਾ ਪੇਸ਼ੈਂਟਸ ਦੇਖਦੇ ਹਾਂ। ਸੋ ਵੀਡੀਓ ਨੂੰ ਲੰਬੇ ਜ਼ਿਆਦਾ ਨਾ ਕਰੀਏ, ਸਟਾਰਟ ਕਰਦੇ ਹਾਂ ਫਾਈਬਰੋਮਾਇਲਜੀਆ ਦੇ ਵਿੱਚ ਕਿਹੜੇ ਕਿਹੜੀਆਂ ਕਸਰਤਾਂ ਆਪਾਂ ਕਰ ਸਕਦੇ ਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸ੍ਰੀ ਗੁਰੂ ਨਾਨਕ ਧਾਮ ਰਮੇਸ਼ਵਰਮ, ਇਹ ਹੈ ਰਾਮਨਾਥਨ ਸਵਾਮੀ ਟੈਂਪਲ। ਟਾਈਮ ਆਪਾਂ ਜਾ ਰਹੇ ਹਾਂ ਧਨੁਸ਼ਕੋੜੀ, ਜੋ ਔਰ ਸਭ ਤੋਂ ਪਹਿਲਾਂ ਜਦੋਂ ਤੁਸੀਂ ਸੋ ਨੰਬਰ 1 ਐਕਸਰਸਾਈਜ਼ ਕੀ ਹੋਏਗੀ, ਸਪਾਈਨ ਲਾਈਨ 'ਚ ਆਪਾਂ ਸਭ ਤੋਂ ਪਹਿਲਾਂ ਲੇਟ ਜਾਣਾ ਹੈ ਇੱਦਾਂ ਕਰਕੇ, ਔਰ ਸਭ ਤੋਂ ਪਹਿਲਾਂ ਨੰਬਰ 1 ਐਕਸਰਸਾਈਜ਼ ਹੋਏਗਾ ਬਟਰਫਲਾਈ ਸਟ੍ਰੈਚ। ਦੋਨੋਂ ਗੋਡੇ ਮੋੜ ਲੈਣੇ ਨੇ, ਦੋਨੋਂ ਗੋਡੇ ਮੋੜ ਕੇ ਇੱਦਾਂ ਆਪਾਂ ਸਟ੍ਰੈਚ ਕਰ ਦੇਣਾ ਹੈ, ਔਰ ਇਸ ਜਗ੍ਹਾ 'ਤੇ ਸਟ੍ਰੈਚ ਪਏਗਾ 10 ਸੈਕਿੰਡ, ਹੋਲਡ ਕਰਾਂਗੇ ਆਪਾਂ, ਫਿਰ ਆਪਾਂ ਰਿਲੈਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਹੋਲਡ ਕਰਦੇ ਹਾਂ, ਦੋਨੋਂ ਪੈਰ ਇੱਦਾਂ ਜੋੜ ਲੈਣੇ ਨੇ, ਔਰ ਇੱਥੇ ਆਪਾਂ ਹੋਲਡ ਕਰ ਦਾਂਗੇ 1 2 3 4 5 6 7 8 9 10, ਦੈਨ ਰਿਲੈਕਸ, ਦੈਨ ਫਿਰ ਆਪਾਂ ਕਰਾਂਗੇ ਯੈਸ 1 2 3 4 5 6 7 8 9 10, then relax, then ਫਿਰ ਆਪਾਂ ਕਰਾਂਗੇ 1 2 3 4 5 6 7 8 9 10, then relax। ਇਹ ਹੋ ਗਿਆ ਬਟਰਫਲਾਈ ਸਟ੍ਰੈਚ। ਇਸ ਦੀਆਂ ਤੁਸੀਂ 6 ਰੈਪੀਟੀਸ਼ਨਸ ਕਰਨੀਆਂ ਨੇ ਸਵੇਰੇ ਦੁਪਹਿਰੇ ਸ਼ਾਮ। ਇਹ ਹੋ ਗਈ ਨੰਬਰ 1 ਐਕਸਰਸਾਈਜ਼ ਬਟਰਫਲਾਈ ਸਟ੍ਰੈਚ। ਸੈਕਿੰਡ ਐਕਸਰਸਾਈਜ਼ ਨੀ ਹਗਸ, ਦੋਨਾਂ ਗੋਡਿਆਂ ਨੂੰ ਜੱਫੀ ਪਾਉਣੀ ਹੈ, ਛਾਤੀ ਨਾਲ ਲਾਉਣਾ, ਇੱਦਾਂ ਦੇਖੋ ਧਿਆਨ ਨਾਲ। ਸਭ ਤੋਂ ਪਹਿਲਾਂ ਆਪਾਂ ਦੋਨੇ ਗੋਡੇ ਮੋੜ ਲੈਣੇ ਨੇ, ਔਰ ਦੋਨੋਂ ਗੋਡਿਆਂ ਨੂੰ ਆਪਾਂ ਛਾਤੀ ਦੇ ਨਾਲ ਲਾ ਦੇਣਾ ਹੈ, ਔਰ ਇੱਥੇ ਆਪਾਂ ਹੋਲਡ ਕਰਾਂਗੇ ਫੋਰ 10 ਸੈਕਿੰਡ 1 2 3 4 5 6 7 8 9 10, ਦੈਨ ਰਿਲੈਕਸ, ਫਿਰ ਆਪਾਂ ਦੋਨੋਂ ਗੋਡੇ ਮੋੜ ਲੈਣੇ ਨੇ, ਔਰ ਦੈਨ ਫਿਰ ਦੋਨੋਂ ਗੋਡੇ ਆਪਾਂ ਛਾਤੀ ਨਾਲ ਲਾ ਦੇਣੇ ਨੇ, ਇੱਥੇ ਆਪਾਂ ਹੋਲਡ ਕਰਾਂਗੇ 1 2 3 4 5 6 7 8 9 10, ਦੈਨ ਰਿਲੈਕਸ, ਦੈਨ ਫਿਰ ਆਪਾਂ ਦੋਨੋਂ ਗੋਡੇ ਮੋੜ ਲੈਣੇ ਨੇ, ਔਰ ਇਹ ਫਿਰ ਆਪਾਂ ਛਾਤੀ ਨਾਲ ਲਾ ਦੇਣੇ ਨੇ, ਇੱਥੇ ਆਪਾਂ ਨੀ ਹਗਸ ਕਰਾਂਗੇ 1 2 3 4 5 6 7 8 9 10, ਦੈਨ ਰਿਲੈਕਸ। ਇਸ ਦੀਆਂ ਵੀ ਤੁਸੀਂ 6 ਰੈਪੀਟੀਸ਼ਨਸ ਕਰਨੀਆਂ ਨੇ। ਇਹ ਹੋ ਗਈ ਐਕਸਰਸਾਈਜ਼ 2। ਹੁਣ ਐਕਸਰਸਾਈਜ਼ ਨੰਬਰ 3 ਦੇ ਵਿੱਚ ਕਰਾਂਗੇ ਆਪਾਂ ਬ੍ਰਿਜਿੰਗ। ਆਪਾਂ ਫਿਰ ਦੋਨੋਂ ਗੋਡੇ ਮੋੜ ਲੈਣੇ ਨੇ, ਔਰ ਲੱਕ ਨੂੰ ਉੱਪਰ ਚੱਕ ਦੇਣਾ, ਇੱਥੇ ਆਪਾਂ ਹੋਲਡ ਕਰਾਂਗੇ ਫੋਰ 10 ਸੈਕਿੰਡ 1 2 3 4 5 6 7 8 9 10, ਦੈਨ ਰਿਲੈਕਸ, ਦੈਨ ਫਿਰ ਉੱਪਰ ਚੱਕ ਦਾਂਗੇ 1 2 3 4 5 6 7 8 9 10, ਦੈਨ ਰਿਲੈਕਸ, ਦੈਨ ਫਿਰ ਉੱਪਰ ਚੱਕ ਦਾਂਗੇ 1 2 3 4 5 6 7 8 9 10, ਦੈਨ ਰਿਲੈਕਸ। ਇਸ ਦੀਆਂ 6 ਰੈਪੀਟੀਸ਼ਨਸ। ਇਹ ਹੋ ਗਈ ਬ੍ਰਿਜਿੰਗ ਐਕਸਰਸਾਈਜ਼।
ਹੁਣ ਨੈਕਸਟ ਐਕਸਰਸਾਈਜ਼ ਦੇ ਵਿੱਚ ਆਪਾਂ ਕੀ ਕਰਾਂਗੇ, ਆਪਣੇ ਜੋ ਹਿਪਸ ਨੇ ਇਹਨਾਂ ਨੂੰ ਆਪਾਂ ਅਡਕਸ਼ਨ ਕਰਾਂਗੇ। ਇਸ ਲਈ ਆਪਾਂ ਨੂੰ ਇੱਕ ਫੋਮ ਰੋਲਰ ਚਾਹੀਦਾ ਹੋਏਗਾ ਜਾਂ ਤੁਸੀਂ ਕੋਈ ਵੀ ਟਾਵਲ ਦਾ ਰੋਲ ਇਕੱਠਾ ਕਰਕੇ ਲੈ ਸਕਦੇ ਹੋ। ਸੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਅਗਰ ਤੁਸੀਂ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਨੇ ਤਾਂ ਵੀਡੀਓ ਨੂੰ ਪੌਜ਼ ਕਰੋ, ਜਿਵੇਂ ਅਸੀਂ ਵੀ ਕੋਲੇ ਰੱਖਣਾ ਭੁੱਲ ਗਏ ਸੀ। ਸੋ ਤੁਸੀਂ ਵੀ ਇਹ ਆਪਣੀ ਪਹਿਲਾਂ ਵੀਡੀਓ ਪੌਜ਼ ਕਰਕੇ ਤੁਹਾਨੂੰ ਇਦਾਂ ਦਾ ਰੋਲ ਬਣਾ ਲੈਣਾ ਹੈ। ਤੁਸੀਂ ਟਾਵਲ ਰੋਲ ਕਰ ਸਕਦੇ ਹੋ, 3-4 ਤੌਲੀਏ ਇਕੱਠੇ ਬੰਨ ਕੇ ਉਸਨੂੰ ਇਦਾਂ ਬੰਨ ਦੇਣਾ, ਔਰ ਜਾਂ ਤੁਸੀਂ ਫੋਮ ਰੋਲਰ ਬਾਈ ਵੀ ਕਰ ਸਕਦੇ ਹੋ, ਈਜ਼ਲੀ ਮਾਰਕੀਟ 'ਚੋਂ ਮਿਲ ਜਾਂਦਾ ਹੈ। ਔਰ ਇੱਕ ਤੁਹਾਨੂੰ ਥੈਰਾ ਬੈਂਡ ਦੀ ਜ਼ਰੂਰਤ ਹੈ, ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਮਾਰਕੀਟ ਦੇ ਵਿੱਚ, ਇਹ ਵੀ ਤੁਹਾਨੂੰ ਈਜ਼ਲੀ ਮਿਲ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਆਪਣੀ ਜੋ ਐਕਸਰਸਾਈਜ਼ ਹੈ, ਦੈਟ ਇਜ਼ ਆਪਣੇ ਹਿਪ ਅਡਕਸ਼ਨ, ਹਿਪਸ ਨੂੰ ਐਡ ਕਰਨਾ। ਹਿਪ ਅਡਕਸ਼ਨ ਦੋਨੋਂ ਜੋ ਆਪਣੇ ਗੋਡਿਆਂ ਦੇ ਵਿਚਾਲੇ ਫੋਮ ਰੋਲਰ ਨੂੰ ਰੱਖਾਂਗੇ ਇੱਦਾਂ ਕਰਕੇ, ਔਰ ਇੱਦਾਂ ਆਪਾਂ ਇਸ ਨੂੰ ਅੰਦਰ ਨੂੰ ਪ੍ਰੈਸ ਕਰਾਂਗੇ, ਇੱਦਾਂ ਕਰਕੇ ਪ੍ਰੈਸ ਕਰਾਂਗੇ, ਔਰ ਇੱਥੇ ਹੋਲਡ ਕਰਾਂਗੇ ਦੋਨੋਂ ਸਾਈਡਸ, ਦੋਨਾਂ ਗੋਡਿਆਂ ਤੋਂ ਵਿਚਾਲੇ ਇੱਦਾਂ ਜ਼ੋਰ ਲਾ ਦੇਣਾ। ਸੋ ਇੱਦਾਂ ਕਰਕੇ, ਯੈਸ, ਇੱਦਾਂ ਪ੍ਰੈਸ ਕੀਤਾ ਦੋਨੋਂ ਸਾਈਡ ਗੋਡਿਆਂ ਤੋਂ। 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਦੈਨ ਫਿਰ ਆਪਾਂ ਪੁਸ਼ ਕਰਤਾ, 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਦੈਨ ਫਿਰ ਪੁਸ਼ ਕਰਤਾ, 1, 2, 3, 4, 5, 6, 7, 8, 9, 10, ਦੈਨ ਰਿਲੈਕਸ। ਇਸ ਦੀਆਂ ਵੀ ਤੁਸੀਂ 6 ਰੈਪੀਟੇਸ਼ਨਸ ਕਰਨੀਆਂ। ਇਹ ਹੋ ਗਈ ਤੁਹਾਡੀ ਹਿਪ ਅਡਕਸ਼ਨ। ਹੁਣ ਆਪਾਂ ਹਿਪ ਅਬਡਕਸ਼ਨ, ਹੁਣ ਆਪਾਂ ਇੱਕ ਦੂਸਰੇ ਤੋਂ ਹਿਪ ਨੂੰ ਦੂਰ ਨੂੰ ਲੈ ਕੇ ਜਾਵਾਂਗੇ। ਸੋ ਇਸ ਦੇ ਲਈ ਥੈਰਾਬੈਂਡ ਦੀ ਲੋੜ ਪਏਗੀ, ਦੋਨਾਂ ਗੋਡਿਆਂ ਦੇ ਵਿਚਾਲੇ ਆਪਾਂ ਇਸਨੂੰ ਇੱਦਾਂ ਪਾ ਲੈਣਾ ਹੈ, ਔਰ ਆਪਾਂ ਦੋਨੇ ਗੋਡਿਆਂ ਨੂੰ ਬਾਹਰ ਨੂੰ ਪੁਸ਼ ਕਰਾਂਗੇ, ਇੱਦਾਂ ਗੋਡੇ ਮੋੜ ਕੇ ਔਰ ਇੱਦਾਂ ਬਾਹਰ ਨੂੰ ਲੈ ਕੇ ਜਾਵਾਂਗੇ, ਇੱਦਾਂ ਬਾਹਰ ਨੂੰ ਸਟ੍ਰੈਚ ਪਏਗਾ। 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਦੈਨ ਫਿਰ 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਦੈਨ ਫਿਰ 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਦੈਨ ਅਗੇਨ 1, 2, 3, 4, 5, 6, 7, 8, 9, 10, ਦੈਨ ਰਿਲੈਕਸ। ਇਸ ਦੀਆਂ ਵੀ ਤੁਸੀਂ 6 ਵਾਰੀ 6 ਰੈਪੀਟੇਸ਼ਨਸ ਕਰਨੀਆਂ ਨੇ ਥੈਰਾਬੈਂਡ ਨਾਲ। ਇਹ ਹੋ ਗਈ ਤੁਹਾਡੀ ਹਿਪ ਆਪਣੇ ਅਬਡਕਸ਼ਨ, ਪਹਿਲਾਂ ਕੀਤੀ ਸੀ ਹਿਪ ਅਡਕਸ਼ਨ। ਸੋ ਟੋਟਲ ਐਕਸਰਸਾਈਜ਼ ਹੋ ਗਈ, ਸਭ ਤੋਂ ਪਹਿਲਾਂ ਆਪਾਂ ਕੀਤੀ ਬਟਰਫਲਾਈ ਸਟ੍ਰੈਚ, ਫਿਰ ਆਪਾਂ ਕੀਤੀ ਨੀ ਹੈਗਸ, ਫਿਰ ਆਪਾਂ ਕੀਤੀ ਆਪਣੇ ਬ੍ਰਿਜਿੰਗ, ਦੈਨ ਉਸ ਤੋਂ ਬਾਅਦ ਆਪਾਂ ਕੀਤੀ ਹਿਪ ਅਡਕਸ਼ਨ, ਫਿਰ ਆਪਾਂ ਕੀਤੀ ਹਿਪ ਅਬਡਕਸ਼ਨ, ਔਰ ਦੈਨ ਹੁਣ ਆਪਾਂ ਲਾਸਟ ਐਕਸਰਸਾਈਜ਼ ਆ ਜੋ ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ, ਦੈਟ ਇਜ਼ ਚਿਨ ਟੱਕ, ਚਿਨ ਨੂੰ ਅੰਦਰ ਨੂੰ ਟੱਕ ਕਰਾਂਗੇ ਇਸ ਤਰ੍ਹਾਂ ਕਰਕੇ। ਉਸ ਲਈ ਆਪਾਂ ਤੁਹਾਨੂੰ ਸਾਈਡ ਵਾਲੇ ਐਂਗਲ ਤੋਂ ਦਿਖਾਵਾਂਗੇ। ਸੋ ਜਿਹੜੀ ਇਹ ਐਕਸਰਸਾਈਜ਼ ਆ, ਇਹ ਆਪਾਂ ਚਿਨ ਨੂੰ ਆਪਣੇ ਨੂੰ ਟੱਕ ਕਰਾਂਗੇ ਆਪਾਂ ਅੰਦਰ ਨੂੰ ਇੱਦਾਂ ਲੇਟੇ ਲੇਟੇ ਹੀ, ਔਰ ਜਦੋਂ ਆਪਾਂ ਟੱਕ ਕਰਾਂਗੇ ਇੱਥੇ ਆਪਣੀਆਂ ਜਿਵੇਂ ਦੋ ਠੋਡੀਆਂ ਬਣ ਜਾਂਦੀਆਂ ਨੇ, ਇੱਥੇ ਤੁਹਾਨੂੰ ਇੱਦਾਂ ਲੱਗੇਗਾ। ਧਿਆਨ ਨਾਲ ਦੇਖੋ, ਪਹਿਲਾਂ ਆਪਾਂ ਸਿੱਧੇ ਲੇਟੇ ਹੋਏ ਇੱਦਾਂ ਕਰਕੇ, ਔਰ ਦੈਨ ਆਪਾਂ ਸਲੋ ਸਲੋ ਚਿੰਨ ਨੂੰ ਟੱਕ ਕਰਤਾ ਇਸ ਜਗ੍ਹਾ 'ਤੇ ਅੰਦਰ ਨੂੰ, ਲਾਈਕ ਦਿਸ, ਇੱਦਾਂ ਅੰਦਰ ਨੂੰ ਇੱਦਾਂ, ਔਰ ਇੱਥੇ ਆਪਾਂ ਹੋਲਡ ਕਰ ਦੇਣਾ। 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, ਦੈਨ ਰਿਲੈਕਸ, ਦੈਨ ਫਿਰ ਆਪਾਂ ਅੰਦਰ ਨੂੰ ਟੱਕ ਕਰ ਦੇਣਾ। 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, ਦੇਖੋ ਧਿਆਨ ਨਾਲ, ਫਿਰ ਆਪਾਂ ਇੱਦਾਂ ਅੰਦਰ ਨੂੰ ਟੱਕ ਕਰਾਂਗੇ, ਆਪਾਂ ਚਿੰਨ ਟੱਕ ਕਹਿ ਦਿੰਦੇ ਇਸ ਨੂੰ, ਫਿਰ ਆਪਾਂ ਟੱਕ ਕਰਤਾ। 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, then relax, then ਫਿਰ ਆਪਾਂ ਚਿੰਨ ਟੱਕ ਕਰਤਾ। 1, 2, 3,
ਦੈਨ ਰਿਲੈਕਸ, ਤੁਸੀਂ 20 ਕਾਊਂਟ ਕਰਨਾ, ਇਸ ਦੇ ਵਿੱਚ ਆਪਾਂ 10 ਹੀ ਕਾਊਂਟ ਕੀਤੇ ਸੀ, ਪਰ ਇਸ ਦੀਆਂ ਤੁਸੀਂ 6 ਰੈਪੀਟੇਸ਼ਨਸ 20 ਸੈਕਿੰਡ ਚਿੰਨ ਟੱਕ ਕਰਕੇ ਹੋਲਡ ਰੱਖਾਂਗੇ, ਔਰ ਇਸ ਦੀਆਂ ਤੁਸੀਂ 6 ਰੈਪੀਟੇਸ਼ਨਸ ਕਰਨੀਆਂ, ਇਹ ਹੋ ਗਿਆ ਚਿੰਨ ਟੱਕ। ਸੋ ਚਿੰਨ ਟੱਕ ਤੋਂ ਬਾਅਦ ਹੁਣ ਨੈਕਸਟ ਐਕਸਰਸਾਈਜ਼ ਇਸ ਦੇ ਵਿੱਚ ਆਪਾਂ ਕਰਨੀ ਹੈ, ਬਿਲਕੁਲ ਜਿਵੇਂ ਆਪਾਂ ਪੁਰਾਣਿਆਂ ਸਮਿਆਂ ਦੇ ਵਿੱਚ, ਅੱਜ ਵੀ ਕਈ ਲੋਕ ਇੱਦਾਂ ਕਰਦੇ ਨੇ, ਜਿਵੇਂ ਆਪਾਂ ਟੀਵੀ ਪੋਜੀਸ਼ਨ ਦੇ ਵਿੱਚ ਟੀਵੀ ਦੇਖਦੇ ਹਾਂ ਆਪਾਂ ਬੈਠ ਕੇ, ਇੱਦਾਂ ਆਪਾਂ ਪਹਿਲਾਂ, ਅੱਜ ਕੱਲ੍ਹ ਤਾਂ ਸਾਰੇ ਮੋਬਾਈਲ ਵੀ ਯੂਜ਼ ਕਰਦੇ ਨੇ, ਪਰ ਇੱਦਾਂ ਜਿਵੇਂ ਆਪਾਂ ਟੀਵੀ ਦੇਖਣਾ ਹੁੰਦਾ ਇਸ ਪੋਜੀਸ਼ਨ ਦੇ ਵਿੱਚ, ਦੋਨੋਂ ਆਪਣੇ ਜੋ ਸ਼ੋਲਡਰ ਹੈ, ਜੋ ਮੋਢੇ ਆ, ਉਹਦੇ ਥੱਲੇ ਇੱਦਾਂ ਕੂਣੀਆਂ ਆ ਜਾਣਗੀਆਂ, ਔਰ ਦੋਨੋਂ ਹੱਥਾਂ ਨੂੰ ਇੱਦਾਂ ਪਕੜ ਕੇ ਸਾਹਮਣੇ ਤੁਸੀਂ ਕੁਛ ਵੀ ਇੱਦਾਂ ਪੋਜੀਸ਼ਨ ਬਿਲਕੁਲ ਸਾਹਮਣੇ ਦੇਖਣਾ, ਇਸ ਪੋਜੀਸ਼ਨ ਦੇ ਵਿੱਚ ਰਹਿਣਾ ਹੈ, ਔਰ ਇੱਦਾਂ ਤੁਸੀਂ ਇੱਥੇ 20 ਗਿਣਨੇ ਨੇ। ਸੋ ਸਟਾਰਟ ਕਰਦੇ ਹਾਂ, 1 2 3 4 5 6 7 8 9 10 11 12 13 14 15 16 17 18 19 20, ਦੈਨ ਰਿਲੈਕਸ, ਬਿਲਕੁਲ ਰਿਲੈਕਸ ਹੋ ਜਾਣਾ ਹੈ, ਔਰ ਦੈਨ ਫਿਰ ਆਪਾਂ ਉੱਪਰ ਆ ਜਾਣਾ ਹੈ ਔਰ ਸਾਹਮਣੇ ਦੇਖਣਾ ਹੈ, ਦੋਨੋਂ ਹੱਥ ਪਕੜ ਲੈਣੇ ਨੇ, ਫਿਰ ਇੱਥੇ ਆਪਾਂ ਕਾਊਂਟ ਕਰਾਂਗੇ 1 2 3 4 5 6 7 8 9 10 11 12 13 14 15 16 17 18 19 20, ਦੈਨ ਰਿਲੈਕਸ। ਜਦੋਂ ਇਹ ਤੁਸੀਂ ਇਸ ਦੀਆਂ 6 ਰੈਪੀਟੇਸ਼ਨਸ ਕਰ ਲਈਆਂ, ਫਿਰ ਆਰਾਮ ਨਾਲ ਸਾਈਡ ਲੈ ਕੇ ਇੱਦਾਂ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਲੇਟ ਜਾਣਾ ਹੈ ਔਰ 5 ਤੋਂ 10 ਮਿੰਟ ਰੈਸਟ ਕਰਨੀ ਹੈ। ਔਰ ਸਭ ਤੋਂ ਜ਼ਰੂਰੀ ਗੱਲ, ਅਗਰ ਤੁਸੀਂ ਫਾਈਬਰੋਮਾਇਲਜੀਆ ਤੋਂ ਸਫ਼ਰ ਕਰ ਰਹੇ ਹੋ ਤਾਂ ਤੁਸੀਂ ਬਿਲਕੁਲ ਵੀ ਮਸਾਜ ਨਹੀਂ ਕਰਨੀ ਆਪਣੀ ਬਾਡੀ ਦੀ, ਨੈਵਰ। ਅਗਰ ਤੁਸੀਂ ਮਸਾਜ ਕਰੋਗੇ, ਟਿਸ਼ੂਜ਼ ਪਹਿਲਾਂ ਹੀ ਇੱਕ ਜਗ੍ਹਾ ਇਕੱਠੇ ਹੋਏ ਹੁੰਦੇ ਨੇ ਔਰ ਉੱਥੇ ਇਨਫਲੇਮੇਸ਼ਨ ਹੋਰ ਵੱਧ ਜਾਏਗੀ ਔਰ ਦਰਦ ਤੁਹਾਡਾ ਬਹੁਤ ਨੈਕਸਟ ਲੈਵਲ ਹੋ ਜਾਏਗਾ। ਸੋ ਅਗਰ ਕਿਸੇ ਵੀ ਕਸਰਤ ਦੌਰਾਨ, ਕੋਈ ਵੀ ਐਕਸਰਸਾਈਜ਼ ਦੌਰਾਨ ਤੁਹਾਡੇ ਦਰਦ ਸਟਾਰਟ ਹੋ ਜਾਵੇ, ਉੱਥੇ ਹੀ ਤੁਸੀਂ ਉਹ ਐਕਸਰਸਾਈਜ਼, ਉੱਥੇ ਕਸਰਤ ਉਹ ਬੰਦ ਕਰ ਦੇਣੀ ਹੈ ਔਰ ਤੁਸੀਂ ਜਲਦ ਤੋਂ ਜਲਦ ਆਪਣੇ ਫਿਜ਼ੀਓਥੈਰੇਪਿਸਟ ਦੀ ਸਲਾਹ ਜ਼ਰੂਰ ਲੈਣੀ ਹੈ। ਸੋ ਤੁਹਾਡਾ ਇੱਕ ਵਾਰ ਫਿਰ ਥੈਂਕਸ ਇਹ ਵੀਡੀਓ ਦੇਖਣ ਲਈ, ਔਰ ਅਗਰ ਤੁਹਾਨੂੰ ਕੁਛ ਵੀ ਨਹੀਂ ਪਤਾ ਲੱਗਿਆ ਜਾਂ ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ, ਅਸੀਂ ਉਸਦਾ ਆਂਸਰ 110% ਦੇਵਾਂਗੇ। ਔਰ ਨਾਲ ਦੀ ਨਾਲ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰੋ, ਉੱਥੇ ਸਾਡੀ ਆਈਡੀ ਹੈ SHARISINGH ਸਰਾਫ ਫਿਜ਼ੀਓਥੈਰੇਪੀ ਔਰ ਸੈਕਿੰਡ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਨਾਮ ਤੇ। ਸੋ ਉਮੀਦ ਕਰਦਾ ਹੈ ਤੁਸੀਂ ਸਾਰੇ ਜਾਣੇ ਤੰਦਰੁਸਤ ਰਹੋਗੇ ਔਰ ਇਹ ਵਰਜਿਸ਼ ਬਹੁਤ ਧਿਆਨ ਨਾਲ ਕਰੋਗੇ। ਸੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਗਲੇ ਇੱਕ ਬਹੁਤ ਹੀ ਸੋਹਣੇ ਟੌਪਿਕ ਦੇ ਨਾਲ। ਸੋ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖੋ ਔਰ ਤੰਦਰੁਸਤ ਰਹੋ। ਔਰ ਇੱਕ ਗੱਲ ਬਹੁਤ ਜ਼ਰੂਰੀ ਲਾਸਟ ਦੇ ਵਿੱਚ ਮੈਂ ਤੁਹਾਡੇ ਨਾਲ ਕਰਨੀ ਚਾਹਾਂਗਾ, ਤੁਸੀਂ ਰੋਜ਼ਾਨਾ ਸੈਰ ਜ਼ਰੂਰ ਕਰਿਆ ਕਰੋ। ਸੈਰ ਹੀ ਇੱਕ ਐਸੀ ਦਵਾਈ ਹੈ ਜਿਹੜੀ ਆਪਾਂ ਨੂੰ ਬਹੁਤੀਆਂ ਦਵਾਈਆਂ ਤੋਂ ਬਚਾ ਸਕਦੀ ਹੈ। ਸੋ ਅੱਜ ਤੋਂ ਸੈਰ ਜ਼ਰੂਰ ਕਰਨਾ। ਸਤਿ ਸ਼੍ਰੀ ਅਕਾਲ ਜੀ।